ਹਾਂਜੀ, ਮੈਂ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹਾਂ ਜੀ। ਸੈਯਦ ਅਬਦ ਹੁਸੈਨ ਸ਼ਾਹ ਗਾਡੀ। ਅਸਲਾਮ ਅਲੈਕੁਮ ਜੀ। ਭੈਣੋ ਤਾਂ ਭਰਾਓ, ਕੀ ਹਾਲ ਹੈ? ਉਮੀਦ ਹੈ ਵੀ ਤੁਸੀਂ ਠੀਕ ਹੋ। ਸੋ ਅਲਹਮਦੁਲਿਲਾ, ਮੈਂ ਠੀਕ ਠਾਕ ਹਾਂ, ਸ਼ੁਕਰ ਅੱਲਾ ਦਾ। ਅੱਜ ਮੈਂ ਆਪਣੇ ਕਬਰਸਤਾਨ ਵਿੱਚ ਆਇਆ। ਮੈਂ ਆਖਿਆ ਕਬਰਸਤਾਨ ਵਿੱਚ ਬਜ਼ੁਰਗਾਂ ਦੇ ਦਰਬਾਰ 'ਤੇ ਜਾ ਸਾਂ, ਬਜ਼ੁਰਗਾਂ ਦੀ ਕਬਰ ਮੁਬਾਰਕ 'ਤੇ ਹਾਜ਼ਰੀ ਦੇ ਸਾਂ ਜੀ। ਇਹ ਕਬਰਸਤਾਨ ਹੈ ਸਾਡਾ, ਇਹ ਸਾਡਾ ਕਬਰਸਤਾਨ ਹੈ ਜੀ। ਇਹ ਚਾਰ ਦੀਵਾਰੀ ਹੋਈ ਹੈ ਕਬਰਸਤਾਨ ਦੀ, ਗੇਟ ਲੱਗੇ ਵੀ ਤਾਂ ਜੇ ਮਾਲ ਜਿਹੜਾ ਉਹ ਇਹਦੇ ਵਿੱਚ ਦਾਖਲ ਨਾ ਹੋ ਸਕੇ। ਪਹਿਲਾਂ ਇੱਥੇ ਕਬਰਸਤਾਨ ਦੀ ਚਾਰ ਦੀਵਾਰੀ ਕੋਈ ਨਹੀਂ ਆਈ, ਉਸ ਟਾਈਮ ਮਾਲ ਵੀ ਆਉਂਦੇ ਅੰਦਰ, ਤਾਂ ਕਬਰਾਂ ਤਾਂ ਫਿਰ ਮਾਲ ਮੱਝਾਂ ਚੜ੍ਹਦੀਆਂ ਆਈਆਂ, ਗਾਵਾਂ ਚੜ੍ਹਦੀਆਂ ਆਈਆਂ। ਇਸ ਵਾਸਤੇ ਇਹ ਸਾਰੀ ਜਿਹੜੀ ਹੈ ਚਾਰ ਦੀਵਾਰੀ ਹੋ ਗਈ ਆ। ਹੁਣ ਉਹਦੇ ਤੋਂ ਇਲਾਵਾ ਇਹ ਰਸਤਾ ਬਣਾਇਆ ਗਿਆ, ਇਹ ਰਸਤੇ ਨੇ ਬਣੇ ਕਬਰਾਂ ਦੇ। ਇਹ ਦੀਵਾਰ ਦੇ ਨਾਲ ਨਾਲ ਵੀ ਰਸਤਾ ਬਾਹਰ ਜਾਣ ਦਾ ਗੇਟ ਉੱਥੇ ਲੱਗੇ ਹੈ। ਇਹ ਜਿਹੜਾ ਰਸਤਾ ਜਾਂਦਾ ਪਿਆ ਇਹ ਬਾਬਿਆਂ ਦੇ ਦਰਬਾਰ ਤੋਂ ਨਹੀਂ ਜਾਂਦਾ, ਇਹ ਰਸਤਾ ਬਣੀ ਹੈ। ਇਹ ਸਾਰਾ ਰਸਤਾ ਜਿਹੜਾ ਇਹ ਪੱਥਰ ਲੱਗੇ ਹੈ, ਤਰੱਕੀ ਦਾ ਪੱਥਰ ਹੈ, ਪੜੀਆਂ ਵਾਲਾ ਰਸਤਾ ਹੁਣ ਬਾਬਿਆਂ ਦੇ ਦਰਬਾਰ ਤੋਂ ਤੋੜ ਜਾਏਗਾ। ਔਰ ਇਸ ਬੋਰਡ ਦੀ ਛਾਵੇਂ ਇਹ ਬਜ਼ੁਰਗਾਂ ਦੇ ਬਹਿਣ ਵਾਸਤੇ, ਮੈਂ ਮੰਜੇ ਤਲਾ ਕੰਮ ਨਹੀਂ ਹਾਂ ਤਾਂ ਇੱਥੇ ਬਹਿਣ ਵਾਸਤੇ ਇਹ ਦੋ ਸੋਫੇ ਜਿਹੜੇ ਨੇ ਸੀਮਿੰਟ ਦੇ ਬਣੇ ਹੋਏ ਇਹ ਰੱਖੇ ਨੇ, ਚਲੋ ਬਜ਼ੁਰਗ ਬੰਦੇ ਜਿਹੜੇ ਨੇ ਉਹ ਇੱਥੇ ਬਹਿ ਜਾਣ, ਜਾਂ ਕੋਈ ਕਬਰਸਤਾਨ ਆਉਂਦਾ ਤਾਂ ਚਲੋ ਉਹ ਝੱਟ ਬਹਿ ਜਾਏ ਇੱਥੇ, ਕਿਉਂ ਕੁਝ ਬੰਦੇ ਹੁੰਦੇ ਨੇ ਵੀ ਗੋਡਿਆਂ ਗਿੱਟਿਆਂ ਦਰਦ ਹੈ ਤਾਂ ਫਿਰ ਜ਼ਿਆਦਾ ਟੋਰਕਾ ਜਾਂ ਦਰਦ ਹੋਇਆ, ਉਸ ਵਾਸਤੇ ਉਹਨਾਂ ਦੇ ਆਰਾਮ ਦੀ ਜਗ੍ਹਾ ਬਣਾਈ ਗਈ ਹੈ ਵੀ ਇੱਥੇ ਬਹਿ ਜਾਣ ਆਰਾਮ ਨਾਲ। ਹੁਣ ਮੈਂ ਚੱਲਿਆ ਜੀ ਬਾਬੇ ਰਾਏ ਦਰਬਾਰ 'ਤੇ, ਇਹ ਰਸਤਾ ਜਿਹੜਾ ਬਾਬੇ ਰਾਏ ਦਰਬਾਰ 'ਤੇ ਜਾ ਸੀ। ਇਹ ਬਾਬੇ ਰਾਏ ਦਰਬਾਰ ਹੈ ਜੀ, ਇਹ ਸਾਡਾ ਗ੍ਰਾਂਟ ਜਿਸ ਟਾਈਮ ਬਣਿਆ ਇਹ ਉਸ ਟਾਈਮ ਦੇ ਵਫਾਤ ਪਾ ਗਏ, ਤਕਰੀਬਨ ਵੀ ਜਿਹੜਾ 200 ਸਾਲ ਹੋ ਗਏ ਨੇ ਇਹਨਾਂ ਨੂੰ। ਇਹ ਕਬਰ ਮੁਬਾਰਕ ਹੈ ਇਹਨਾਂ ਦੀ, ਪੀਰ ਸੈਯਦ ਗੁਲਾਮ ਹੁਸੈਨ ਸ਼ਾਹ, ਵਲਦ ਪੀਰ ਸੈਯਦ ਮੀਰ ਸਲਾਤੀਨ ਸ਼ਾਹ, ਇਹਨਾਂ ਦੇ ਬਜ਼ੁਰਗਾਂ ਨਾਲ ਔਰ ਇਹਨਾਂ ਦੀ ਦਰਬਾਰ ਜਿਹੜੀ ਹੈ ਪੀਰ ਸੈਯਦ ਮੀਰ ਸਲਾਤੀਨ ਸ਼ਾਹ, ਇਹਨਾਂ ਦੀ ਮਕਬੂਜ਼ਾ ਕਸ਼ਮੀਰ ਵਿੱਚ ਹੈ, ਪੁੰਛ ਇਲਾਕੇ ਦਾ ਨਾਂ ਹੈ ਇਹ, ਉੱਥੇ ਇਹਨਾਂ ਦੇ ਦਰਬਾਰ ਹੈ ਇਹਨਾਂ ਦੇ ਬਜ਼ੁਰਗਾਂ ਦੇ। ਔਰ ਜੀ ਇਹ ਬਜ਼ੁਰਗ ਜਿਹੜੇ ਨੇ ਇਹ ਅੱਲਾਹ ਦੇ ਵਲੀ ਨੇ। ਇੱਥੇ ਅਸੀਂ ਇਹ ਡਾਲੀ ਵੀ ਚਾੜੀ ਦੀ ਹੈ, ਸ਼ਬਰਾਤ ਵਾਲੇ ਦਿਨ ਡਾਲੀ ਚੜ੍ਹਦੀ ਹੈ ਜੀ, ਇਹ ਡਾਲੀ ਹੈ ਜੀ ਜਿਹੜੀ ਸ਼ਬਰਾਤ ਵਾਲੇ ਦਿਨ ਇੱਥੇ ਚਾੜੀ ਦੀ ਹੈ। ਇਹ ਕੁੱਲੇ ਟਿਕੇ ਨੇ ਜਿਹੜੇ ਮਤਲਬ ਸ਼ਾਦੀ ਹੁੰਦੀ ਹੈ ਤਾਂ ਉਸਦੇ ਬਾਅਦ ਬਾਬੇ ਰਾਏ ਦਰਬਾਰ 'ਤੇ ਕਈਆਂ ਬੰਦਿਆਂ ਨੇ ਮੰਨਤਾਂ ਮੰਨੀ ਹੁੰਦੀਆਂ ਨੂੰ, ਤਾਂ ਇਹ ਉਹ ਕੁੱਲੇ ਟਿਕੇ ਨੇ ਜਿਹੜੇ ਕੁੱਲੇ ਚਾੜੇ ਨੇ। ਦੋਸਤੋ
ਇਸ ਦਰਬਾਰ ਦੇ ਨਾਲ ਹੀ ਇੱਕ ਹੋਰ ਦਰਬਾਰ ਹੈ, ਉਹ ਵੀ ਬਜ਼ੁਰਗ ਹਨ, ਮਾਸ਼ਾਅੱਲਾ ਅੱਲਾਹ ਦੇ ਨੇਕ ਬੰਦੇ ਆਏ, ਉਹਨਾਂ ਦੇ ਦਰਬਾਰ ਹੈ ਜੀ, ਇਹ ਇਹਨਾਂ ਦੇ ਦਰਬਾਰ ਦੇ ਨਾਲ ਹੀ ਉਹ ਵੀ ਇਹ ਦਰਬਾਰ ਹੈ, ਇਹ ਬਣਦੀ ਹੈ ਪੀ ਜੀ। ਇਹ ਕਬਰ ਮੁਬਾਰਕ ਆਈ ਪਹਿਲੇ, ਔਰ ਆਉਣਾ ਲੈਂਟਰ ਪਿਆ ਵਾ ਇੱਥੇ, ਅਬਰ ਕੁੰਮਤ ਜੇ ਬਣਨਾ ਵੇ, ਇਹ ਕਬਰ ਮੁਬਾਰਕ ਬਣਦੀ ਹੈ। ਇਹਨਾਂ ਦਾ ਨਾਂ ਜੀ, ਇਹ ਭਾਖਰੀ ਸੈਯਦ ਹਨ, ਸੈਯਦ ਮਹਿਬੂਬ ਆਲਮ ਸ਼ਾਹ ਬੁਖਾਰੀ, ਇਹ ਦਰਬਾਰ ਉਹਨਾਂ ਦਾ। ਇਸ ਦਰਬਾਰ ਦੇ ਕੋਲ ਵੀ ਇਹ ਸਾਡੀਆਂ ਕਬਰਾਂ ਹਨ ਬਜ਼ੁਰਗਾਂ ਦੀਆਂ, ਔਰ ਇਹ ਚਾਰ ਦੀਵਾਰੀ ਜਿਹੜੀ ਆ ਉਹ ਵੀ ਤੁਸੀਂ ਦੇਖਦੇ ਹੋ ਪਏ, ਇਹ ਚਾਰ ਦੀਵਾਰੀ ਲੱਗੀ ਹੈ, ਇਹ ਕਬਰਾਂ ਹਨ, ਕਬਰ ਦੇ ਉੱਪਰ ਅਲਮ ਲੱਗੇ ਹਨ, ਕੁਝਾਂ ਦੇ ਖਤਮ ਹੋ ਗਏ ਨੇ, ਸ਼ਹੀਦ ਹੋ ਗਏ ਨੇ, ਔਰ ਕੁਝਾਂ ਦੇ ਜਿਹੜੇ ਨੇ ਨਵੇਂ ਲੱਗੇ ਨੇ। ਇਹ ਕਬਰਸਤਾਨ ਹੈ ਸਾਡਾ, ਇਹ ਨਿਊ ਝੰਗ ਦੀ ਆਬਾਦੀ ਹੈ ਨਾਲ, ਇਹ ਜਿਹੜੀ ਦਿਸਦੀ ਹੈ ਵੀ ਇਹ ਗ੍ਰਾਂ ਹੈ, ਇਹ ਨਿਊ ਝੰਗ ਹੈ, ਇਹ ਨਿਊ ਝੰਗ ਦੀ ਆਬਾਦੀ ਹੈ। ਇਹ ਬੂਟੇ ਲੱਗੇ ਨੇ ਬਾਬੇ ਰਾਏ ਦਰਬਾਰ ਦੇ ਨਾਲ ਨਾਲ। ਇਸ ਤੋਂ ਇਲਾਵਾ ਸਾਡੇ ਕਬਰਸਤਾਨ ਵਿੱਚ ਦੋ ਬੋਰਡਾਂ ਹਨ, ਇੱਕ ਇਹ ਬੋਰਡ ਹੈ ਵੱਡੀ, ਇੱਕ ਇਹ ਬੋਰਡ ਹੈ ਜੀ ਛੋਟੀ, ਔਰ ਇਸ ਦੇ ਛੋਟੀ ਬੋਰਡ ਦੇ ਨਾਲ ਜਿਹੜਾ ਉਹ ਤਲਾਬ ਹੈ ਸਾਡਾ, ਬੰਨੀ ਹੈ ਜਿਹੜੀ, ਉਹ ਬੰਨੀ ਬਹੁਤ ਪੁਰਾਣੀ ਬੰਨੀ ਹੈ, ਸਾਡੀਆਂ ਵਕਤਾਂ ਤੋਂ ਪਹਿਲਾਂ ਦੀ ਹੈ। ਤਾਂ ਇਹਦੇ ਤੋਂ ਇਲਾਵਾ ਹੁਣ ਸਾਡੇ ਕੋਲ ਸਾਡੇ ਭਰਾ ਨੇ ਬਜ਼ੁਰਗ ਨੇ, ਤਾਂ ਉਹ ਆ ਗਏ ਨੇ, ਤਾਂ ਅਸੀਂ ਮਜ਼ੀਦ ਮਾਲੂਮਾਤ ਜਿਹੜੀ ਹੈ ਉਹ ਉਹਨਾਂ ਕੋਲ ਲੈ ਲੈਂਦੇ ਹਾਂ। ਇਹ ਸਾਡੇ ਕੋਲ ਸਾਡੇ ਹਾਜੀ ਸਾਹਿਬ ਆ ਗਏ ਜੀ, ਹਾਜੀ ਸੈਯਦ ਰਫਾਕਤ ਹੁਸੈਨ ਸ਼ਾਹ ਸਾਹਿਬ, ਤਾਂ ਇਹਨਾਂ ਕੋਲ ਮਾਲੂਮਾਤ ਲੈਂਦੇ ਹਾਂ ਵੀ ਇਹ ਬੰਨੀ ਕਿਤਨੀ ਪੁਰਾਣੀ ਹੈ, ਇਹ ਕੀ ਹਿਸਾਬ ਕਿਤਾਬ ਹੈ। ਅਸਲਾਮ ਵਾਲੇਕੁਮ ਜੀ ਹਾਜੀ ਸਾਹਿਬ, ਕੀ ਹਾਲ ਹੈ? ਵਾਲੇਕੁਮ ਸਲਾਮ ਜੀ, ਅੱਲਾਹ ਦਾ ਸ਼ੁਕਰ। ਅੱਛਾ ਹਾਜੀ ਸਾਹਿਬ, ਤੁਸੀਂ ਦੱਸੋ ਵੀ ਇਹ ਬੰਨੀ ਜਿਹੜੀ ਹੈ ਪਹਿਲਾਂ ਕਿਸ ਤਰ੍ਹਾਂ ਦੀ ਆਉਂਦੀ ਹੈ, ਅਤੇ ਇਹ ਕਿਤਨੀ ਪੁਰਾਣੀ ਹੈ? ਬਹੁਤ ਸਾਰੀ ਪੁਰਾਣੀ ਹੈ, ਜਦੋਂ ਸਾਡਾ ਗ੍ਰਾਂ ਅਡਾਲਾ ਇੱਥੇ ਬਣਿਆ ਤਾਂ ਹੀ ਬੰਨੀ ਬਣੀ ਹੈ, ਨਾਲ ਤਕਰੀਬਨ 200 ਸਾਲ ਹੋ ਗਏ। ਸਾਡੇ ਵਕਤਾਂ ਦੀ ਪਹਿਲਾਂ ਬਜ਼ੁਰਗ ਜਿਹੜੇ ਆਏ ਉਹ ਵੀ ਆਪਦੇ ਅਸਾਂ ਬੰਨੀ ਤੱਕੀ ਹੈ ਜੀ। ਠੀਕ, ਇਹ ਪਹਿਲਾਂ ਪਾਕ ਹੁੰਦੀ ਹੈ ਜੀ? ਪਹਿਲਾਂ ਪਾਕ ਹੁੰਦੀ, ਲੋਕ ਭਾਂਡੇ ਵੀ ਧੋਂਦੇ, ਬਰਤਨ ਵੀ ਧੋਂਦੇ, ਆਪਣਾ ਨਹਾਉਂਦੇ ਵੀ, ਗੁਸਲ ਵੀ ਕਰਦੇ, ਇੱਥੇ ਬਹਿ ਕੇ ਬਾਹਰ ਕੱਢ ਕੇ ਬਾਲਟੀਆਂ ਭਰ ਕੇ, ਮਾਈਆਂ ਵੀ ਨਹਾਉਂਦੀਆਂ, ਆਪਣਾ ਪਰਦਾ ਕਰਕੇ ਸੋਹਣੀ ਤਰ੍ਹਾਂ ਅੱਛੇ ਤਰੀਕੇ ਨਾਲ। ਉਸ ਵੇਲੇ ਇੱਥੇ ਕੋਈ ਆਬਾਦੀ ਨਹੀਂ ਆਈ। ਠੀਕ ਜਾ, ਉਸ ਵੇਲੇ ਆਬਾਦੀ ਜਿਹੜੀ ਆ ਦੂਰ ਦੂਰ ਆਈ, ਦੂਰ ਦੂਰ ਆਈ, ਮਧੂਕਾਲ ਸਾਇਆ ਡਾਲੀ ਆਈ, ਡਾਲੇ ਦੇ ਗ੍ਰਾਂ ਦੇ ਥੋੜ੍ਹੇ ਬੰਦੇ ਥੋੜ੍ਹੇ ਘਰ ਆਏ। ਠੀਕ ਜਾ, ਤਾਂ ਫਿਰ ਆਸਤਾ ਆਸਤਾ ਇਹਦੇ 'ਚ ਪਾਣੀ ਜਿਹੜਾ ਉਹ ਗ੍ਰਾਂ ਲਾਵਣ ਲੱਗ ਪਿਆ, ਆਬਾਦੀ ਵਧੀ ਹੈ, ਤਾਂ ਜਿਹੜਾ ਗ੍ਰਾਂ ਲਾਵਣ ਲੱਗ ਪਿਆ ਫਿਰ ਪਲੀਤ ਹੋ ਗਈ, ਫਿਰ ਲੋਕਾਂ ਨੇ ਕੱਪੜੇ ਵੀ ਧੋਣੇ ਬੰਦ ਕਰ ਦਿੱਤੇ, ਬਰਤਨ ਵੀ ਧੋਣੇ ਬੰਦ ਕਰ ਦਿੱਤੇ। ਠੀਕ, ਇਹ ਹੁਣ ਤੁਸੀਂ ਮੱਝਾਂ ਲੈ ਕੇ ਆਏ ਹੋ ਇੱਥੇ ਨਵਾਲਣ ਵਾਸਤੇ? ਮੱਝਾਂ ਸਾਡੀਆਂ ਇੱਥੇ ਇਲੀਆਂ ਆਉਂਦੀਆਂ ਨੇ, ਆਪਣੇ ਆਪ ਹੀ ਲਈ ਆਉਂਦੀਆਂ, ਪਾਣੀ ਪੀਂਦੀਆਂ, ਅੰਦਰ ਬਹਿੰਦੀਆਂ, ਠੰਡੀਆਂ ਆਉਂਦੀਆਂ ਨੇ, ਜਿਹੜਾ ਠੰਡੀਆਂ ਹੋ ਸਕਦਾ ਉਹਨਾਂ ਦਾ ਜੁੱਸਾ ਠੰਡਾ ਹੋ ਜਾਵੇ, ਅਸੀਂ ਆਪਣੇ ਆਪ ਉੱਠ ਕੇ ਤਾਂ ਟੁਰ ਪੈ ਸਕਦੇ, ਫਰੈਸ਼ ਹੋ ਜਾਂਦੀਆਂ ਨੇ, ਫਰੈਸ਼ ਹੋ ਜਾਂਦੀਆਂ ਨੇ। ਇਹ ਜੀ ਹਾਜੀ ਸਾਹਿਬ ਦੀਆਂ ਮੱਝਾਂ ਇਹ ਪੌੜੀਆਂ 'ਚ ਬੈਠੀਆਂ ਜੀ,
ਅਜੀ ਸਾਹਿਬ ਦੀ ਗਾਂ ਹੈ, ਵਲੈਤੀ ਗਾਂ ਵੀ, ਅਤੇ ਇਹ ਵਲੈਤੀ ਗਾਵਾਂ ਜਿਹੜੀਆਂ ਨੇ ਗਰਮੀ ਕਰਦੀਆਂ ਹੁੰਦੀਆਂ, ਇਸ ਵਾਸਤੇ ਇਹ ਵੀ ਪਾਣੀਆਂ ਵਿੱਚ ਅਣਕ ਵੜ ਜਾਂਦੀ ਹੈ। ਇਹ ਬੜੀ ਹੈ ਇਹ। ਹੁਣ ਤਾਂ ਸਾਨੂੰ ਮੈਂ ਕਬਰਸਤਾਨ ਵੀ ਦੱਸਿਆ, ਔਰ ਬੰਨੀ ਜਿਹੜੀ ਹੈ ਸਾਡੀ, ਮੈਂ ਉਹ ਵੀ ਤੁਹਾਨੂੰ ਦੱਸੀ ਹੈ। ਇਹ ਬੰਨੀ ਦੇ ਦੰਦੇ ਉੱਪਰ ਇੱਕ ਬੋਰਡ ਲੱਗੀ ਹੋਈ ਹੈ। ਇਹ ਜਿਹੜੇ ਮਾਲ ਲੈ ਕੇ ਲੋਕ ਆਉਂਦੇ ਨੇ, ਮਾਲ ਤਾਂ ਪਾਣੀਆਂ 'ਚ ਬਹਿ ਜਾਂਦਾ ਮੱਝਾਂ, ਤਾਂ ਫਿਰ ਉਹ ਬੰਦੇ ਜਿਹੜੇ ਨੇ ਇੱਥੇ ਛਾਵਾਂ ਬਹਿ ਜਾਂਦੇ, ਵੀ ਚਲੋ ਗਰਮੀ ਹੈ ਤਾਂ ਇੱਥੇ ਛਾਵਾਂ ਬਹਿ ਜਾਂਦੇ। ਉਮੀਦ ਹੈ ਵੀ ਮੇਰੀ ਵੀਡੀਓ ਅੱਜ ਦੀ ਜਿਹੜੀ ਹੈ ਇਹ ਸਾਨੂੰ ਪਸੰਦ ਆਵੇਗੀ, ਔਰ ਪਸੰਦ ਆਵੇ ਤਾਂ ਮੇਰੀ ਵੀਡੀਓ ਜਿਹੜੀ ਹੈ ਉਹਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ। ਬਹੁਤ ਬਹੁਤ ਮਿਹਰਬਾਨੀ ਅਸੀਂ ਤੁਸਾਂ ਦੀ। ਆਬਦ ਹੁਸੈਨ ਗਾਡੀ ਇਨਸ਼ਾਅੱਲਾ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੁੰਦਾ ਰਿਹਾ ਸੀ, ਤਾਂ ਹੁਣ ਦਿਓ ਇਜਾਜ਼ਤ। ਅੱਲਾ ਦੇ ਵਾਲਾ, ਅੱਲਾ ਤੁਹਾਨੂੰ ਆਪਣੇ ਹਿਫਜ਼ੋ ਇਮਾਨ ਵਿੱਚ ਰੱਖੇ।